बिस्मिल्लाहिर्रहमानिर्रहीम। अस्सलाम वालेकुम मेरे यूट्यूब फैमिली भैन भाई, वेलकम करते हैं तेरे अपने चैनल में। ज़्यादा तो ज़्यादा शेयर करना, लाइक करना। अगर तुम सारे चैनल पर नए हो जरूर सब्सक्राइब करना, बेल बटन प्रेस कर लो ताकि सारी हर आने वाली जो वीडियो की नोटिफिकेशन बर वक्त पहुँचती रहे। जी तो साढ़े को भी उधर भाई असलम ने बालन चलाया सी, अजय साडा भी बालन पिया सी, मिस्त्री भाई आ गए, सर्दी आ गई, असं भी क्या बालन चला लीए। ਇਹ ਹੁਣ ਕੀ ਹੋ ਗਿਆ ਇਹਨੂੰ? ਇਹਨੇ ਆਰੀ ਤੇਜ਼ ਕਰਨ ਲੱਗੇ ਨਾ। ਅੱਛਾ, ਆਰੀ ਤੇਜ਼ ਕਰਨੀ ਪੈਣੀ ਹੈ। ਹਾਂਜੀ, ਫਿਰ ਲੱਕੜੀ ਕਟਾਈ ਹੁਣ। ਉਧਰ ਤੋਂ ਨਾ ਜੇ ਉਧਰ ਆ ਜਾਂਦਾ ਨਾ, ਪਠਾਨ ਆਏ ਸੀ ਆ ਸਿੰਬਲ ਪੁੱਟਣ ਵਾਲੇ, ਤੇ ਤੂੰ ਕਟਾਈ ਕਰਾ ਦੇਣੀ ਸੀ ਯਾਰ। ਮੈਂ ਉਹਨਾਂ ਨੂੰ ਮੈਂ ਆਖਿਆ ਵੀ ਪਤਾ ਨਹੀਂ ਉਹਨੇ ਆਉਣਾ ਹੈ ਕਿ ਨਹੀਂ, ਮੈਨੂੰ ਫਿਰ ਭਾਵੇਂ ਚੁੱਕ ਕੇ ਆਰੀ ਤੇ ਖੜਨਾ ਪਊ। ਨਹੀਂ ਨਹੀਂ, ਤੂੰ ਟੁੱਟੇ ਲਵਾ ਦੇਣੇ ਸੀ ਲੰਮਾ ਕਿਹੜਾ ਰੋਲ। ਐਸੇ ਵਾਸਤੇ ਮੈਂ ਉਹਨਾਂ ਨੂੰ ਆਖਿਆ ਜੇ ਉਹਨਾਂ ਨੇ ਨਾ ਟੁੱਟੇ ਲਵਾ ਦੇਣੇ ਸੀ ਤੂੰ ਸਾਰਾ ਦਿਨ। ਉਹਨਾਂ ਨੇ ਪਾਣੀ ਢੋਇਆ ਤੇ ਫਿਰ ਚਾਹ ਤੇ ਦੇਜ ਕੀ ਤੇ ਪਿਆਲੀਆਂ, ਤੇ ਉਹਨਾਂ ਨੇ ਰابطਾ ਕਰਨਾ ਤੇ ਮੈਂ ਕਿਹਾ ਟੋਟੇ ਲਵਾ ਦੇ। ਉਹਨਾਂ ਨੂੰ ਕਹਿੰਦੇ ਤੇ ਉਹਨਾਂ ਮਿੰਟ ਨਹੀਂ ਚਲਾਣਾ ਤੇ ਉਹਨਾਂ ਨੇ ਟੋਟੇ ਲਾ ਦੇਣੇ। ਉਹਨਾਂ ਨੇ ਆਰਾ ਸੇ ਮਿੰਟ ਲੱਗਣਾ ਸੀ। ਹਾਂ, ਉਹ ਦੂਸਰਾ ਜਨਰੇਟਰ ਵਾਲਾ ਆ ਰਿਹਾ ਸੀ, ਉਹਨੇ ਦੋ ਸਨ ਉਹਨਾਂ ਕੋਲ, ਉਹ ਉਹਨਾਂ ਨੇ ਮਿੰਟ ਨਹੀਂ ਚਲਾਣਾ ਤੇ ਇਹਨਾਂ ਨੇ ਟੋਟੇ ਲਾ ਦੇਣੇ ਤੇ ਚੱਲ ਪਿੱਛੇ। ਅੱਛਾ, ਹੁਣ ਚੱਲ ਠੀਕ ਹੈ, ਹੁਣ ਜਾਣ ਇਹਨੂੰ। ਵੱਡੀ ਸਭ ਸੁੱਕੀ ਹੈ, ਪਿਛਲੇ ਸਾਲ ਦੀਆਂ ਪੁੱਟੀਆਂ ਨੇ, ਹੁਣ ਕਿੱਥੋਂ ਗਿੱਲੀ ਹੈ। ਇਹ ਕਹਿੰਦੇ ਛੇੜਾਂ ਪਈਆਂ ਨੇ, ਇੱਥੇ ਲਾ ਕੇ ਕੌਣ ਇਹਨੂੰ ਨਹੀਂ ਲੱਗਦਾ ਹੁੰਦਾ, ਕੌਣ ਟੱਲੇ ਵਾਲੀ ਟਾਹਲੀ ਦੇ ਦੋ ਟੰਬੇ ਨੂੰ ਉਹਨਾਂ ਨੂੰ ਲੱਗਾ। ਹਾਂ, ਇੱਥੇ ਇਸ ਨੂੰ ਨਹੀਂ ਕੌਣ ਲੱਗਦਾ, ਮਾਤਾ ਤੇਜ਼ ਕਰ ਲੈਂਦਾ ਤੇ ਇਹਨੂੰ। ਹਾਂ, ਚੀਰ ਲਾ ਕੇ ਥੈਂਕ ਦੇਣਾ। ਮੈਂ ਘਰ ਸੀ, ਕੰਮ ਲੱਗੀ, ਅੱਬਾ ਜੀ ਦੀ ਕਾਲ ਆ ਗਈ ਸੀ, ਅੱਬਾ ਜੀ ਨਾਲ ਗੱਲ ਕੀਤੀ ਹੈ, ਉਹਨਾਂ ਦਾ ਹਾਲ ਵਾਲ ਪੁੱਛਿਆ, ਤੇ ਹੁਣ ਕਹਿੰਦੇ ਸੀ ਕਿ ਰਾਣੇ ਪਾਪਾ ਨਾਲ ਗੱਲ ਕਰਾਓ। ਰਾਣੇ ਪਾਪਾ ਇੱਥੇ ਲੱਗੇ ਹੋਏ ਸੀ ਕੰਮ, ਮੈਂ ਲੈ ਕੇ ਮੋਬਾਈਲ, ਮੈਂ ਕਿਹਾ ਚਲੋ ਅੱਬਾ ਜੀ ਦੀ ਗੱਲ ਕਰਵਾਉਂਦੀ ਹਾਂ, ਅਤੇ ਫਿਰ ਮਿਸਤਰੀ ਨੂੰ ਚਾਹ ਬਣਾ ਕੇ ਦਿੰਦੀ ਹਾਂ। ਕੰਮ ਲੱਗੇ ਅੱਬਾ ਜੀ ਨਾਲ ਗੱਲ ਕਰ ਲਓ ਇੱਕ ਦਫਾ। ਕਾਲ ਆਈ ਸੀ, ਮਿਸ ਕਾਲ ਆਈ ਸੀ ਅਤੇ ਮੈਂ ਕਾਲ ਕੀਤੀ, ਹਾਲ ਵਾਲ ਪੁੱਛਿਆ, ਅਤੇ ਅੱਬਾ ਜੀ ਕਹਿੰਦੇ ਕਿੱਥੇ ਗਏ ਨੇ, ਉਹਨਾਂ ਨੂੰ ਗੱਲ ਕਰਾਓ। ਰਹਿੰਦ ਪਾਪਾ ਬੰਨਾ ਝਾੜਦੇ ਪਏ ਸੀ ਇੱਥੇ, ਅੱਗੋਂ ਗੰਦਮ ਦੀ ਕਾਸ਼ਤ ਕਰਨੀ ਆ ਇਨਸ਼ਾਅੱਲਾ। ਅੱਲਾ ਪਾਕ ਖੈਰ ਖਰੀਦ ਰੱਖੇ। ਪਹਿਲੀ ਸੈੱਟ ਕਰ ਲੈਣਾ ਬੰਨੇ ਬੰਨੇ ਝਾੜ ਕੇ। ਮੈਂ ਘਰ ਜਾਂਦੀ ਹਾਂ, ਮੈਂ ਬਰਤਨ ਧੋ ਕੇ ਝਾੜੂ ਲਾ ਕੇ ਆਈ ਸੀ ਅਤੇ ਹੁਣ ਮਸ਼ੀਨ ਲਾਉਣੀ ਸੀ, ਮੈਂ ਕਿਹਾ ਚਲੋ ਧੁੱਪੀ ਧੁੱਪੀ ਕੱਪੜੇ ਧੁੱਪ ਜਾਣ, ਅਤੇ ਫਿਰ ਬਾਅਦ 'ਚ ਬੱਚਿਆਂ ਦੇ ਆਉਣ ਦਾ ਟਾਈਮ ਹੋ ਜਾਂਦਾ, ਫਿਰ ਦੁਪਹਿਰੇ ਹੰਡੀਆ ਬਣਾਉਣਾ ਹੁੰਦਾ। ਪਹਿਲੀ ਵੇਖੀ ਉਹਦੀ ਸਾਰੀ ਮਿੱਟੀ ਪੈਰਾਂ ਪੈਰ ਗਈ। ਉਹ ਕੱਚੀ ਜੀ ਜਲਦੀ ਫਾੜ ਜਾਣੀ ਹੈ ਨਾ, ਹਾਂਜੀ ਜੀ ਜੀ ਅੱਛਾ ਜੀ। ਫਰਹਾਨ ਦੇ ਪਾਪਾ ਕੱਲ੍ਹ ਗਏ ਸੀ ਬਾਜ਼ਾਰ, ਸਾਡੀ ਉਤਲੀ ਟਰਾਲੀ ਜਿਹੜੀ ਨਾ ਗੋਹਾ ਸੁੱਟਣ ਵਾਲੀ ਉੱਤੋਂ ਗਲ ਗਈ ਸੀ। ਲੈ ਅੱਗੋਂ ਇਹਦਾ ਮੂੰਹ ਉੱਤੇ ਨਹੀਂ ਸੀ ਕਹਿੰਦੇ ਚੁੱਕਣਾ, ਨਹੀਂ ਬੜਾ ਇੰਨਾ ਕੁ ਕਿੰਨਾ ਇਹਦੇ ਵਿੱਚ ਗੋਹਾ ਪਾਇਆ, ਅੱਗੋਂ ਦੇ ਰੇੜ ਦਾ ਰੇੜ ਦਾ ਅੱਗੋਂ ਦੀ ਕੁਛ ਨਹੀਂ ਹੁੰਦਾ, ਉਹ ਤਾਂ ਅੱਗੇ ਨਾਲ ਵੱਡੀ ਹੋ ਗਈ ਹੈ ਹਨਾ ਖੁੱਲੀ। ਹਾਂ, ਇਹ ਕੀ ਅੱਧਾ ਡਰਮ ਲਾਉਂਦੇ ਅੱਧਾ ਅੱਧਾ ਡਰਮ। ਉਹਨਾਂ ਤੇ ਸਹੀ ਹੋ ਗਈ ਆ, ਪਰ ਇਹਦਾ ਜੰਗ ਤਾਂ ਨਹੀਂ ਲੱਗਣਾ, ਉਹਦੇ ਤੋਂ ਬਾਅਦ ਸਾਫ਼ ਸੁਥਰੀ ਉੱਦਾਂ ਖੁੱਲ੍ਹੀ ਬਣ ਗਈ ਹੈ, ਪਰ ਇੱਟਾਂ ਪਾਉਣ ਵਾਲੀ ਨਹੀਂ ਵਿੱਚ, ਅੱਗੇ ਤਾਂ ਲੋਹੇ ਦੀ ਸੀ ਅਤੇ ਇੱਟਾਂ ਵੀ ਵਿੱਚ ਸੁੱਟ ਲੈਂਦੇ ਸੀ ਨਾ ਉਰਾ ਪਰਾਂ ਚੁੱਕ ਕੇ। ਹਾਂਜੀ, ਗੋਹਾ ਵਿੱਚ ਪਾ ਕੇ ਅਤੇ ਚੱਲ ਇਹਨੂੰ ਮਾੜਾ ਜਿਹਾ ਪਾਣੀ ਹੀ ਤੋਂ ਮਾਰ ਕੇ ਤੇ ਰੱਖ ਦਿੱਤੀ, ਇੱਥੇ ਖੜੀ ਕਰਤੀ, ਛਾਵੇਂ ਰੱਖੀ ਹੈ ਨਾ, ਛਾਵੇਂ ਰੱਖੀ ਉੱਤੇ ਗਲਦਾ ਗਲਦਾ ਧੁੱਪੇ ਖਰਾਬ ਗਲ ਜਾਂਦਾ ਹੈ ਨਾ। ਆਜਾ ਹਾਂ, ਆਵੇ ਦੇਖ, ਮੈਂ ਸਵੇਰ ਦਾ ਗੋਬਰ ਨਹੀਂ ਚੱਕਿਆ, ਸਾਰਾ ਉੱਦਾਂ ਹੀ ਪਿਆ, ਮੈਂ ਕਿਹਾ ਸੀ ਅਤੇ ਟਰਾਲੀ ਜੀ ਕੱਲ੍ਹ ਦੀ ਤੁਸੀਂ ਇੱਥੇ ਖਲਾਰ ਆਏ ਸੀ, ਚੱਲ ਮੈਂ ਇਹਦੇ ਨਾਲ ਪਾ ਦਿੰਦੀ ਵਿੱਚ। ਮੱਝ ਨੂੰ ਪਾਣੀ ਪਿਲਾ ਕੇ ਛਾਵੇਂ ਬੰਨ ਕੇ ਆਏ ਹਾਂ, ਅਜੇ ਧੁੱਪ ਹੁੰਦੀ ਹੈ ਦੁਪਹਿਰੇ ਕਾਫੀ,
इधर चाय रखी है मैं मिस्त्री नूं चाय दा कप बना के दिन्नी आं ते बाद च रोटी बनाऊंगी। मिस्त्री भाई आए जी इन्होंने चाय देनी है चाय थोड़ी तैयार हो गई हाँ उन्होंने ना दे उन्होंने हाँ रोटी बनाओ रोटी बना के ना फिर मैं पट्ठे पढ़ लेने फिर बच्चों बच्चों का टाइम हो जाना उधर उन्होंने उन्होंने टाइम बस इन्हें नबेड़ना काम बहुत औखा काम जो मोटी लकड़ उन्हें करती बैलेंस साढ़ा काफ़ी कम हो गया भाई चाय पी रहा हाले वह तेरा जोर लगना परला जरा खड़ा वो ना दरम्यान चुन मारनी पैनी आ रही तो फिर उन्हें कम होना चलो बहुता हो गया छोटे छोटे टुकड़े ने इन्हों सेंटर चो मारी जा हाँ दो करी जाओ चल जी फिर मंगे चल चंगा यार सर्दी आँदी भी तो बालन होए ना तो फिर होर तो साढ़े कोई नहीं मसला ना सुबह सुबह नाश्ता गैस से जो बना लेंगे ने फिर सोलर आला चूल्हा लिया या कोई सर्दी पता है जो साग झड़ी लगती हो तो फिर उधर प्लेटा भी कम नहीं कर दी दूसरा जो साग पकाना होंगे फिर यह कम दिता बालन होना बालन की जरूरत पी रही चलो एक बार पे हो जाएगा इस तरह पाड़िया गया तो चल बढ़ जाएगा मिस्त्री बालन सारे पाड़ गया सारा कटा गया चलो अच्छा फिर सही ना भी पटांगे ना फिर रख चढ़ा हाँ जी फिर सुक जाओ फिर बाहर तो चकना है ना चल चक लेने टाइम होने वाला मेरा ख्याल बच्चे देखते हैं वालेकुम सलाम बिस्मिल्लाह करा रिपोर्ट आ गया चलो बैग लाओ बच्चे स्कूलों आ गए इन्होंने खाना दिता खाना खा के तो हूँ असी क्या चलो आ थोड़ा जा लकड़ियाँ चक के तो उत्थे रख लीए हाँ अग के अग बाले करांगे अग से क्या करांगे सर्दिया है ना मोटी लकड़ियाँ ला के चल जी सारा दिन मोटे मोटे कोले बन गए अग से क्या करांगे सर्दियों में केड़ा काम होंदा केंद्र और कोई काम नहीं चैनल ही थले रख दे कि रख छ इधर जगह बनाई है एक सैड तो जोड़ दें चलो जिनी की जरूरत हो घर ले जाया करेंगे लकड़ियाँ साफ सुथरी जगह तैयार होगा एक चकनी सी ना सारियां लकड़ियां सुट लेने बाजू करो चलो शाबाश।